ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ। ਅਤੇ ਅੱਜ ਆਪਾਂ ਬਾਈ ਜੀ ਤੁਹਾਨੂੰ ਦਿਖਾਉਣੇ ਹਾਂ, ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਲੋਹੜੀ, ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਆ ਜਾਓ ਆਪਾਂ ਹੁਣ ਤੁਹਾਨੂੰ ਵਿਖਾਉਂਦੇ ਹਾਂ, ਲੰਗਰ ਦੀ ਤਿਆਰੀ ਚੱਲ ਰਹੀ ਆ, ਕੱਲ੍ਹ ਨੂੰ ਮੋਰਨਿੰਗ ਅਰਲੀ ਮੋਰਨਿੰਗ ਲੰਗਰ ਸਟਾਰਟ ਹੋ ਜਾਣਾ ਪਕੌੜਿਆਂ ਦਾ। ਆ ਜਾਓ ਫਿਰ ਲਓ ਜੀ, ਗੋਭੀ ਵਾਲੇ ਪਕੌੜੇ ਤੇ ਪਨੀਰ ਵਾਲੇ ਵੀ ਆ, ਹੈ ਨਾ, ਪਨੀਰ ਵਾਲੇ ਪਕੌੜੇ। ਲਓ ਜੀ, ਇੱਧਰ ਪਾਣੀ ਗਰਮ ਹੋ ਰਿਹਾ ਵਾ। ਯੋ ਯੋ ਕੈਨੇਡਾ ਕੈਨੇਡਾ। ਹੋਰ ਪਾਮੀ ਕੀ ਵਾਲਾ ਬਾਈ? ਠੀਕ ਆ। ਹੋਰ ਗਰੇਵਾਲ ਜੀ? ਲਓ ਜੀ, ਸੇਵਾਦਾਰ ਸੇਵਾ ਕਰ ਰਹੇ ਆ। ਅੱਛਾ, ਇਹ ਆਲੂ ਛਿੱਲਣੇ ਦੀ ਮਸ਼ੀਨ ਆ ਗਈ। ਵਾਹ ਜੀ, ਫਿੰਗਰ ਪੋਟੈਟੋ ਫਿੰਗਰ ਚੱਲਣੇ ਬਾਈ ਜੀ ਸੁਬਹ ਨੂੰ। ਪੋਟੈਟੋ ਫਿੰਗਰ, ਪੋਟੈਟੋ ਫਿੰਗਰ, ਹੈਲੋ ਹੈਲੋ ਐਵਰੀਬਾਡੀ। ਲਓ ਜੀ, ਆ ਮਸਾਲਾ ਲਾ ਕੇ ਗੋਭੀ ਰੱਖ ਲਈ ਗਰਮ ਕਰਕੇ ਤਲ ਕੇ। ਹੋਰ ਹਲਵਾਈ ਕਾਇਮ ਆ, ਇਹ ਬਾਈ ਨੂੰ ਕੰਮ ਦਾ ਮੌਕਾ ਦਿਓ, ਇਹ ਹਲਵਾਈ ਬਹੁਤ ਵਧੀਆ। ਕੀ ਨਾਮ ਆਪਣਾ, ਸ਼ੁਭ ਨਾਮ ਕੀ ਆ? ਗੋਲ ਦੀ ਪੁੱਤਰ। ਪਕੌੜੇ ਤਲ ਹੋ ਰਹੇ ਆ, ਇਹ ਸੁਬਹਾ ਚੱਲਣਾ ਵਾ ਮੇਨ ਬੱਸ ਅੱਡੇ 'ਚ, ਬੁੱਟਰ ਕਲਾਂ ਡਿਸਟ੍ਰਿਕਟ ਮੋਗਾ ਮੇਨ ਬੱਸ ਅੱਡਾ। ਅਰਲੀ ਮੋਰਨਿੰਗ ਚੱਲ ਪੈਣਾ ਵਾ, ਫਿਰ ਦੁਪਹਿਰ ਤੱਕ ਚੱਲਣਾ ਲੰਗਰ। ਇਹ ਬਾਈ ਬਹੁਤ ਸੇਵਾ ਭਾਵਨਾ ਨਾਲ ਮੁੰਡੇ ਕਰਵਾਉਂਦੇ ਆ ਇਹ। ਇੱਧਰ
ਕੱਚੇ ਕਰਕੇ ਰੱਖੀ ਜਾਂਦੇ ਆ ਅਤੇ ਫਿਰ ਸੁਬਾਹ ਨੂੰ ਇਹਨਾਂ ਨੂੰ ਪੱਕੇ ਕਰ ਲੈਣਾ। ਆਪਣੇ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਈ ਜੀ। ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਹੈਪੀ ਲੋਹੜੀ, ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ।